2-4 ਜਥੇਬੰਦੀਆਂ ਜੋ ਭਗਵੰਤ ਮਾਨ ਸਾਹਿਬ ਹੱਲਾਸ਼ਾਰੀ ਦੇ ਰਹੇ ਆ, ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਹੇ ਕਿ ਕਿਸਾਨਾਂ ਦੀ ਬਦਨਾਮੀ ਹੋ ਰਹੀ ਹੈ। ਅਸੀਂ ਕਹਿੰਦੇ ਤੂੰ ਬਿੱਲ ਚੋਂ ਬਾਹਰ ਤਾਂ ਨਿਕਲ। ਕਿਸਾਨ ਬਿਲਕੁਲ ਇਸ ਅੰਦੋਲਨ ਦੇ ਵਿੱਚ ਨਹੀਂ ਹੈ, ਇੱਥੇ ਵੀ ਕਿਸਾਨ ਬੈਠੇ। ਖੱਡ ਚੋਂ ਬਾਹਰ ਆ ਕੇ ਲੋਕਾਂ ਦੇ ਕਿਸੇ ਪਿੰਡ 'ਚ ਆ ਕੇ ਤਾਂ ਦੇਖ। ਕਿਸਾਨ ਅੱਜ ਆਪਣੇ ਖੇਤ 'ਚ ਬੀਜੀ ਜਾਂ ਮੰਡੀ 'ਚ ਬੀਜੀ। ਖੰਨਾ ਸਾਹਿਬ ਕਿਸੇ ਪਿੰਡ 'ਚ ਤਾਂ ਉਹ ਕਿਸਾਨ ਨਹੀਂ ਹੈ, 2-4 ਜਥੇਬੰਦੀਆਂ। ਠੀਕ ਹੈ, ਇਹਨਾਂ ਨੂੰ ਕਰਨ ਦਿਓ, ਇਹਨਾਂ ਦੇ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ, ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ। ਪਬਲਿਕ ਡਿਸਾਈਡ ਕਰੇਗੀ ਨਾ ਆਖੀ। ਕਹਿੰਦੇ ਆਮ ਲੋਕ ਆਮ ਕਿਸਾਨ ਤਾਂ ਸਾਡੇ ਨਾਲ ਨੇ, ਆਓ ਕਿਹੜੇ ਪਿੰਡ 'ਚ ਰੱਖਦੇ ਹੋ ਟਾਈਮ। ਭਾਜਪਾ ਦੀ ਟਿਕਟ ਮਿਲਣ ਤੋਂ ਬਾਅਦ ਸੰਗਰੂਰ ਪਹੁੰਚੇ ਉਮੀਦਵਾਰ ਅਰਵਿੰਦ ਖੰਨਾ ਨੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਤੇ ਵੱਡਾ ਬਿਆਨ ਦਿੱਤਾ ਹੈ। ਖੰਨਾ ਨੇ ਸਾਫ਼ ਕਿਹਾ ਕਿ ਕਿਸਾਨ ਬੀਜੇਪੀ ਦੇ ਖਿਲਾਫ ਨਹੀਂ ਹਨ, ਬੀਜੇਪੀ ਦਾ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਦੀ ਹੱਲਾਸ਼ੇਰੀ ਤੇ ਮਿਲੀ ਭੁਗਤ ਦੇ ਨਾਲ 1-2 ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਅਸਲ ਕਿਸਾਨ ਤਾਂ ਖੇਤਾਂ ਤੇ ਮੰਡੀਆਂ ਵਿੱਚ ਵਿਅਸਤ ਨੇ। ਖੰਨਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅੰਦੋਲਨ ਵਿੱਚ ਬਿਲਕੁਲ ਵੀ ਕਿਸਾਨ ਨਹੀਂ ਹਨ। ਖੰਨਾ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਭੜਕ ਉੱਠੇ ਨੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਖੰਨਾ ਇੱਕ ਵਾਰ ਪਿੰਡਾਂ ਵਿੱਚ ਪ੍ਰਚਾਰ ਕਰਨ ਨਿਕਲਣ ਤਾਂ ਸਹੀ, ਜਿੱਥੇ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਹ ਬੀਜੇਪੀ ਦੀ ਜਿਹੜੀ ਹਕੂਮਤ ਆ, ਇਹਨੇ ਜਿੱਡੀ ਵੱਡੀ ਪੱਧਰ 'ਤੇ ਤਸੱਦਦ ਕੀਤਾ ਹੈਗਾ, ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ, ਜਿਹਦੇ 'ਚ ਪੰਜਾਬ ਦੀਆਂ ਕੁੱਲ ਜਥੇਬੰਦੀਆਂ, ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਜਿਹੜੀਆਂ ਮੈਦਾਨ 'ਚ ਨੇ, ਇਸ ਕਰਕੇ ਅਸੀਂ ਜਿਹੜਾ ਅਰਵਿੰਦ ਖੰਨਾ ਨੇ ਬਿਆਨ ਦਿੱਤਾ ਜਿਹੜਾ ਹੈਗਾ, ਇਹ ਅਸੀਂ ਕਹਿੰਦੇ ਤੂੰ ਬਿੱਲ 'ਚੋਂ ਬਾਹਰ ਤਾਂ ਨਿਕਲ, ਖੱਡ 'ਚੋਂ ਬਾਹਰ ਆ ਕੇ ਲੋਕਾਂ ਦੇ ਕਿਸੇ ਪਿੰਡ 'ਚ ਆ ਕੇ ਤਾਂ ਦੇਖ। ਇਸ ਕਰਕੇ ਲੋਕ ਨੇ ਜਿਹੜੇ ਲੋਕ ਉਹ ਇਹ ਮੰਤਰੀ ਨੇ ਜਿਹੜੇ ਇਹਨਾਂ ਦੇ, ਉਹ ਕੋਈ ਵੀ ਹੋਵੇ ਬੀਜੇਪੀ ਦਾ, ਕਿਉਂਕਿ ਅਸੀਂ ਕਿਸੇ ਵਿਅਕਤੀ ਦਾ ਵਿਰੋਧ ਨਹੀਂ ਕਰਦੇ। ਜਿਹੜੀ ਬੀਜੇਪੀ ਦੀ ਪਾਰਟੀ ਆ, ਜਿਹਨੇ ਜਾਣੀ ਸਾਡੇ ਕਿਸਾਨ ਗੋਲੀਆਂ ਮਾਰ ਕੇ ਮਾਰੇ ਨੇ, ਸਾਡੇ ਕਿਸਾਨ ਲਗਾਤਾਰ ਸ਼ਹੀਦ ਕੀਤੇ ਹੈਗੇ ਨੇ, ਇਸ ਕਰਕੇ ਕਿਸੇ ਵੀ ਪਿੰਡ ਦੇ ਵਿੱਚ ਵੱਡੀ ਪੱਧਰ 'ਤੇ ਵਿਰੋਧ ਕਰਾਂਗੇ। ਅਤੇ ਹੁਣ ਵੀ ਪਹਿਲਾਂ ਇਹ ਵਿਰੋਧ ਹੋ ਰਿਹਾ, ਅੱਜ ਇਹਦੀ ਰੋਡ ਸ਼ੋ ਸੀਗਾ, ਬਾਅਦ 'ਚ ਪਤਾ ਲੱਗਿਆ ਸਾਡੀ ਸੂਬੇ ਦੀ ਮੀਟਿੰਗ ਚੱਲਦੀ ਤੀ ਉੱਧਰੋਂ। ਇਸ ਕਰਕੇ ਖੰਨਾ ਸਾਹਿਬ ਕਿਸੇ ਪਿੰਡ 'ਚ ਤਾਂ ਆਓ, ਪਿੰਡ 'ਚ ਆ ਕੇ ਲੋਕ ਪੁੱਛਣਗੇ। ਆਮ ਲੋਕ ਨੇ ਜਿਹੜੇ, ਜਿਨ੍ਹਾਂ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਬੀਜੇਪੀ ਦੀ ਹਕੂਮਤ ਨੇ ਕਿਵੇਂ ਲੋਕਾਂ ਦੇ ਉੱਤੇ ਤਸੱਦਦ ਕੀਤਾ ਹੈਗਾ, ਕਿਵੇਂ ਉਹ ਜਾਤ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਲੋਕਾਂ ਨੂੰ ਪਾੜ ਕੇ ਇੱਥੇ ਜਿਹੜਾ ਇਸ ਤਰੀਕੇ ਨਾਲ ਲੋਕ ਨੇ ਜਿਹੜੇ ਨਹੀਂ ਚੱਲਣ ਦੇਣਗੇ। ਇਹ ਵਿਰੋਧ ਆ ਜਿਹੜਾ ਆਉਣ ਵਾਲੇ ਦਿਨਾਂ 'ਚ ਵੀ ਚੱਲਦਾ ਰਹੂਗਾ। ਪਰ ਭਗਵੰਤ ਮਾਨ ਦੇ ਸਾਰੇ ਤੇ ਹੋ ਰਿਹਾ, ਉਹ ਕਹਿ ਰਹੇ ਨੇ ਕਿ ਲਗਾਤਾਰ ਸਰਕਾਰ ਕਰਵਾ ਰਹੀ ਆ, ਭਗਵੰਤ ਮਾਨ ਪੈਸੇ ਦਿੰਦੇ ਨੇ। ਅਸੀਂ ਤਾਂ ਖੁੱਡੀਆਂ ਸਾਹਿਬ ਦੇ ਦਫ਼ਤਰ ਦੇ ਅੱਗੇ, ਜਿਹੜਾ ਇਹਨਾਂ ਦਾ ਮੀਤ ਹੇਰ ਆ ਉਹਦੇ ਦਫ਼ਤਰ ਦੇ ਅੱਗੇ ਆ ਪਿਛਲੇ ਦਿਨਾਂ 'ਚ ਪ੍ਰੋਗਰਾਮ ਦੇ ਕੇ ਆਏ ਹਾਂ, ਆਉਣ ਵਾਲੇ ਦਿਨਾਂ 'ਚ 20 ਤਰੀਕ ਦਾ ਫਿਰ ਰੱਖਿਆ ਹੋਇਆ ਹੈਗਾ। ਇਸ ਕਰਕੇ ਭਾਰਤੀ ਕਿਸਾਨ ਝੁਨੋਗਰਾਹਾਂ ਦਾ ਇਤਿਹਾਸ ਆ ਇਹ ਕਿਸੇ ਵੀ ਵੋਟ ਪਾਰਟੀ ਨੂੰ ਕਦੇ ਨਾ ਸਪੋਰਟ ਕੀਤੀਆਂ ਨਾ ਕਰੀਏ। ਅਸੀਂ ਤਾਂ ਕਹਿੰਦੇ ਹਾਂ ਲੋਕੋ, ਆਪਣਾ ਏਕਾ ਮਜ਼ਬੂਤ ਕਰੋ, ਆਪਦਾ ਸੰਘਰਸ਼ ਮਜ਼ਬੂਤ ਕਰੋ। ਇਸ ਕਰਕੇ ਜਿਹੜੇ ਬੇਤੁਕੇ ਬਿਆਨ ਨੇ ਇਹ, ਇਸ ਕਰਕੇ ਅਸੀਂ ਕਹਿੰਦੇ ਆਓ ਪਿੰਡਾਂ 'ਚ, ਜਿਹੜੇ ਕਹਿੰਦੇ ਆਮ ਲੋਕ ਆਮ ਕਿਸਾਨ ਤਾਂ ਸਾਡੇ ਨਾਲ ਨੇ, ਆਓ ਕਿਹੜੇ ਪਿੰਡ 'ਚ ਰੱਖਦੇ ਹੋ ਟਾਈਮ। ਇਸ ਕਰਕੇ ਲੋਕ ਲਗਾਤਾਰ ਇਹਦੇ ਵਿਰੋਧ 'ਚ ਨੇ, ਬੇਬੁਨਿਆਦ ਬਿਆਨ ਹੈਗੇ ਨੇ, ਇਹਦੇ 'ਤੇ ਅਸੀਂ ਇਹਦੀ ਨਿਖੇਧੀ ਕਰਦੇ ਹਾਂ।